ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀਆਂ ਵੱਡੀਆਂ ਖਬਰਾਂ। ਅਕਾਲੀ ਦਲ 'ਚ ਵੱਡਾ ਧਮਾਕਾ, ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂ ਮਾਜਰਾ ਸਣੇ 8 ਆਗੂਆਂ ਨੂੰ ਪਾਰਟੀ 'ਚੋਂ ਕੱਢਿਆ ਬਾਹਰ। ਸੰਸਦ ਵਿੱਚ ਰਾਹੁਲ ਗਾਂਧੀ ਅਤੇ ਅਨੁਰਾਗ ਠਾਕੁਰ ਹੋਏ ਆਹਮੋ ਸਾਹਮਣੇ, ਇੱਕ ਦੂਜੇ ਦੇ ਕੀਤੇ ਤਿੱਖੇ ਹਮਲੇ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਚੱਲ ਰਹੇ ਵਿਕਾਸ ਕਾਰਜਾਂ ਸੰਬੰਧੀ ਅਧਿਕਾਰੀਆਂ ਸਮੇਤ ਵਿਧਾਇਕਾਂ ਨਾਲ ਕੀਤੀ ਮੀਟਿੰਗ, ਅਫਸਰਾਂ ਨੂੰ ਦਿੱਤੇ ਵੱਡੇ ਹੁਕਮ। ਜ਼ਮਾਨਤ ਮਿਲਣ ਮਗਰੋਂ ਅੰਮ੍ਰਿਤਪਾਲ ਸਿੰਘ ਦੇ ਭਰਾ ਨੇ ਕੀਤੇ ਵੱਡੇ ਖੁਲਾਸੇ, ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਲਾਏ ਇਲਜ਼ਾਮ। ਪੰਜਾਬ ਦੇ ਨਵੇਂ ਰਾਜਪਾਲ ਬਣਨਗੇ ਗੁਲਾਬ ਚੰਦ ਕਟਾਰੀਆ, ਅੱਜ ਚੁੱਕਣਗੇ ਸਹੁੰ। ਪੰਜਾਬ 'ਚ ਮੌਸਮ ਨੂੰ ਲੈ ਕੇ ਨਵੀਂ ਅਪਰੇਟ, ਇਹਨਾਂ ਤਰੀਕਾਂ ਨੂੰ ਪੈ ਸਕਦਾ ਹੈ ਭਾਰੀ ਮੀਂਹ। 1 ਅਗਸਤ ਤੋਂ ਬਦਲ ਜਾਣਗੇ ਇਹ ਨਿਯਮ, ਸਿਲੰਡਰ ਦੀਆਂ ਕੀਮਤਾਂ ਵਿੱਚ ਵੀ ਆਵੇਗੀ ਗਿਰਾਵਟ। ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ 'ਤੇ ਭੜਕੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਗੁੱਸੇ 'ਚ ਸੁਣਾਈਆਂ ਖਰੀਆਂ ਖਰੀਆਂ। ਪੰਜਾਬ ਦੀ ਸਿਆਸਤ ਵਿੱਚ ਵੱਡਾ ਧਮਾਕਾ ਹੋਇਆ ਹੈ। ਅਕਾਲੀ ਦਲ ਨੇ ਬਾਗੀ ਧੜੇ ਦੇ 8 ਆਗੂਆਂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ। ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਵੱਡੀ ਕਾਰਵਾਈ ਕਰਦੇ ਹੋਏ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ, ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਸੁਰਿੰਦਰ ਸਿੰਘ ਠੇਕੇਦਾਰ ਅਤੇ ਚਰਨਜੀਤ ਸਿੰਘ ਬਰਾੜ ਨੂੰ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ 'ਚੋਂ ਬਾਹਰ ਕਰ ਦਿੱਤਾ ਹੈ। ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਵਿੱਚ ਬਲਵਿੰਦਰ ਸਿੰਘ ਭੁੰਦੜ ਅਤੇ ਮਹੇਸ਼ ਇੰਦਰ ਸਿੰਘ ਗਰੇਵਾਲ ਤੋਂ ਇਲਾਵਾ ਹੋਰ ਵੀ ਕਈ ਵੱਡੇ ਆਗੂ ਮੌਜੂਦ ਰਹੇ, ਜਿਸ ਵਿੱਚ ਅਕਾਲੀ ਦਲ ਤੋਂ ਲਗਾਤਾਰ ਬਾਗੀ ਚੱਲਦੇ ਆ ਰਹੇ ਆਗੂਆਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦਿਆਂ ਅਕਾਲੀ ਦਲ ਵਿੱਚੋਂ ਬਾਹਰ ਕੱਢਣ ਦਾ ਫੈਸਲਾ ਕੀਤਾ ਗਿਆ ਹੈ। ਮੀਟਿੰਗ ਤੋਂ ਬਾਅਦ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਭੁੰਦੜ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਨੁਸ਼ਾਸਨੀ ਕਮੇਟੀ ਲੰਬੇ ਸਮੇਂ ਵਿਚਾਰ ਵਟਾਂਦਰੇ ਤੋਂ ਬਾਅਦ ਇਸ ਨਿਚੋੜ 'ਤੇ ਪਹੁੰਚੀ ਕਿ ਉਪਰੋਕਤ ਸਾਰੇ ਆਗੂਆਂ ਦਾ ਇੱਕੋ ਇੱਕ ਮਕਸਦ ਪਾਰਟੀ ਦੇ ਦੁਸ਼ਮਣਾਂ ਦੀ ਸ਼ਹਿ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦਾ ਹੈ। ਪਾਰਟੀ ਇਹਨਾਂ ਹਰਕਤਾਂ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਕਰ ਸਕਦੀ, ਇਸ ਲਈ ਅਨੁਸ਼ਾਸਨੀ ਕਮੇਟੀ ਨੇ ਸਰਬਸੰਮਤੀ ਨਾਲ ਫੈਸਲਾ ਕਰਕੇ ਇਹਨਾਂ ਉਪਰੋਕਤ ਸਾਰੇ ਆਗੂਆਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਿਜ ਕਰਨ ਦਾ ਫੈਸਲਾ ਕੀਤਾ ਹੈ। ਉਹਨਾਂ ਨੇ ਤਾੜਨਾ ਕੀਤੀ ਹੈ ਕਿ ਭਵਿੱਖ ਵਿੱਚ ਵੀ ਅਗਰ ਕਿਸੇ ਆਗੂ ਵੱਲੋਂ ਪਾਰਟੀ ਅਨੁਸ਼ਾਸਨ ਨੂੰ ਭੰਗ ਕੀਤਾ ਜਾਵੇਗਾ ਤਾਂ ਉਹਨਾਂ ਖਿਲਾਫ਼ ਵੀ ਸਖ਼ਤ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਲੋਕ ਸਭਾ ਵਿੱਚ ਆਮ ਬਜਟ 2024 ਦੇ ਚਰਚਾ 'ਚ ਹਿੱਸਾ ਲੈਂਦੇ ਹੋਏ ਭਾਜਪਾ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਕਾਂਗਰਸ ਪਾਰਟੀ ਦੇ ਤਿੱਖੇ ਹਮਲੇ ਕੀਤੇ ਹਨ। ਇਸ ਦੌਰਾਨ ਰਾਹੁਲ ਗਾਂਧੀ ਵੱਲੋਂ ਲਗਾਤਾਰ ਚੁੱਕੇ ਜਾ ਰਹੇ ਜਾਤੀ ਜਨਗਣਨਾ ਦੇ ਮੁੱਦੇ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜਿਸ ਦੀ ਜਾਤ ਦਾ ਪਤਾ ਹੀ ਨਹੀਂ ਉਹ ਜਨਗਣਨਾ ਦੀ ਗੱਲ ਕਰਦਾ ਹੈ। ਇਸ ਤੋਂ ਬਾਅਦ ਲੋਕ ਸਭਾ ਵਿੱਚ ਹੰਗਾਮਾ ਹੋ ਗਿਆ। ਫਿਰ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਉਹਨਾਂ ਨੇ ਮੇਰਾ ਅਪਮਾਨ ਕੀਤਾ ਹੈ, ਮੈਂ ਬੋਲਣਾ ਚਾਹਾਂਗਾ, ਤੁਸੀਂ ਜਿੰਨਾ ਮਰਜ਼ੀ ਮੇਰੀ ਬੇਇੱਜ਼ਤੀ ਕਰ ਸਕਦੇ ਹੋ ਪਰ ਇੱਕ ਦਿਨ ਅਸੀਂ ਇੱਥੇ ਜਾਤੀ ਗਣਨਾ ਪਾਸ ਕਰਾਂਗੇ। ਇਸ 'ਤੇ ਅਨੁਰਾਗ ਠਾਕੁਰ ਨੇ ਫਿਰ ਰਾਹੁਲ ਗਾਂਧੀ 'ਤੇ ਹਮਲਾ ਬੋਲਿਆ। ਉਹਨਾਂ ਨੇ ਕਿਹਾ ਕਿ ਸਿਆਸਤ ਨੂੰ ਉਧਾਰੀ ਅਕਲ ਨਾਲ ਨਹੀਂ ਚਲਾਇਆ ਜਾ ਸਕਦਾ। ਉਹਨਾਂ ਨੇ ਕਿਹਾ ਕਿ ਅੱਜ ਕੱਲ੍ਹ ਕੁਝ ਲੋਕਾਂ ਨੂੰ ਜਾਤੀ ਜਨਗਣਨਾ ਦਾ ਭੂਤ ਸਵਾਰ ਹੈ। ਉਹਨਾਂ ਨੇ ਫਿਰ ਕਿਹਾ ਕਿ ਮੈਂ ਕਿਹਾ ਸੀ ਕਿ ਜੋ ਲੋਕ ਜਾਤ ਨਹੀਂ ਜਾਣਦੇ ਉਹ ਜਨਗਣਨਾ ਦੀ ਗੱਲ ਕਰਦੇ ਹਨ, ਮੈਂ ਕਿਸੇ ਦਾ ਨਾਂ ਨਹੀਂ ਲਿਆ। ਅਤੇ ਇਸ ਦੌਰਾਨ ਸੰਸਦ ਵਿੱਚ ਕਾਫੀ ਹੰਗਾਮਾ ਹੋ ਗਿਆ। ਫਿਰ ਰਾਹੁਲ ਗਾਂਧੀ ਖੜ੍ਹੇ ਹੋ ਗਏ। ਉਹਨਾਂ ਨੇ ਕਿਹਾ ਕਿ ਜੋ ਵੀ ਇਸ ਦੇਸ਼ ਵਿੱਚ ਦਲਿਤਾਂ, ਆਦਿਵਾਸੀਆਂ ਅਤੇ ਪਛੜੇ ਲੋਕਾਂ ਦਾ ਮੁੱਦਾ ਉਠਾਉਂਦਾ ਹੈ, ਜੋ ਵੀ ਉਹਨਾਂ ਲਈ ਲੜਦਾ ਹੈ,
ਉਸ ਨੂੰ ਜ਼ੁਲਮ ਸਹਿਣੇ ਪੈਂਦੇ ਹਨ ਅਤੇ ਮੈਂ ਇਹ ਸਾਰੀਆਂ ਦੁਰਵਿਵਹਾਰ ਨੂੰ ਖੁਸ਼ੀ ਨਾਲ ਲਵਾਂਗਾ ਕਿਉਂਕਿ ਮਹਾਂਭਾਰਤ ਦੀ ਗੱਲ ਹੋ ਰਹੀ ਸੀ। ਮਹਾਂਭਾਰਤ ਵਿੱਚ ਅਰਜੁਨ ਇੱਕ ਮੱਛੀ ਦੀ ਅੱਖ ਵੇਖ ਰਿਹਾ ਸੀ, ਇਸੇ ਤਰ੍ਹਾਂ ਮੈਂ ਮੱਛੀ ਦੀ ਅੱਖ ਦੇਖ ਰਿਹਾ ਹਾਂ। ਅਸੀਂ ਜਾਤੀ ਜਨਗਣਨਾ ਕਰਵਾਵਾਂਗੇ। ਰਾਹੁਲ ਗਾਂਧੀ ਨੇ ਕਿਹਾ ਕਿ ਅਨੁਰਾਗ ਠਾਕੁਰ ਨੇ ਮੇਰੇ ਨਾਲ ਦੁਰਵਿਵਹਾਰ ਕੀਤਾ ਹੈ, ਅਨੁਰਾਗ ਨੇ ਮੇਰਾ ਅਪਮਾਨ ਕੀਤਾ ਹੈ, ਪਰ ਮੈਂ ਅਨੁਰਾਗ ਠਾਕੁਰ ਤੋਂ ਕੋਈ ਮਾਫ਼ੀ ਨਹੀਂ ਚਾਹੁੰਦਾ। ਮਾਫ਼ੀ ਦੀ ਲੋੜ ਨਹੀਂ, ਮੈਂ ਇੱਕ ਲੜਾਈ ਲੜ ਰਿਹਾ ਹਾਂ। ਤੁਸੀਂ ਮੈਨੂੰ ਜਿੰਨੀ ਮਰਜ਼ੀ ਗਾਲਾਂ ਕੱਢ ਸਕਦੇ ਹੋ, ਮੈਂ ਤੁਹਾਨੂੰ ਮਾਫ਼ੀ ਮੰਗਣ ਲਈ ਨਹੀਂ ਕਹਾਂਗਾ। ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸਥਾਨਕ ਪੰਚਾਇਤ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਵਿਧਾਇਕ ਅਤੇ ਅਧਿਕਾਰੀ ਸ਼ਾਮਿਲ ਹੋਏ। ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਜ਼ਿਲ੍ਹੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਇਹਨਾਂ ਵਿਕਾਸ ਕਾਰਜਾਂ ਜ਼ਰੀਏ ਸਹੂਲਤ ਮਿਲ ਸਕੇ। ਉਹਨਾਂ ਨੇ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਕੰਮ ਦੀ ਗੁਣਵੱਤਾ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੀਟਿੰਗ ਦੌਰਾਨ ਪੰਚਾਇਤ ਵਿਭਾਗ ਦੇ ਕੰਮਾਂ ਦਾ ਰਿਵਿਊ ਕਰਦਿਆਂ ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਮਨਰੇਗਾ ਯੋਜਨਾ ਤਹਿਤ ਪਿੰਡਾਂ ਦੇ ਵੱਧ ਤੋਂ ਵੱਧ ਵਿਕਾਸ ਕਾਰਜ ਕੀਤੇ ਜਾਣ। ਉਹਨਾਂ ਨੇ ਕਿਹਾ ਕਿ ਪਿੰਡਾਂ ਵਿੱਚ ਥਾਣੇ ਥਾਪਰ ਮਾਡਲ ਛੱਪੜਾਂ ਦਾ ਜੇ ਕੋਈ ਬਕਾਇਆ ਕੰਮ ਰਹਿ ਗਿਆ ਹੈ ਤਾਂ ਉਸ ਨੂੰ ਤੁਰੰਤ ਪੂਰਾ ਕੀਤਾ ਜਾਵੇ। ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਅਤੇ ਉਸਦੇ ਸਾਥੀ ਲਵਪ੍ਰੀਤ ਸਿੰਘ ਨੂੰ ਜ਼ਮਾਨਤ ਮਿਲਣ ਮਗਰੋਂ ਜੇਲ੍ਹ ਵਿੱਚੋਂ ਬਾਹਰ ਆ ਗਏ ਹਨ। ਜੇਲ੍ਹ 'ਚੋਂ ਬਾਹਰ ਆਉਣ ਮਗਰੋਂ ਹਰਪ੍ਰੀਤ ਸਿੰਘ ਨੇ ਕਈ ਵੱਡੇ ਖੁਲਾਸੇ ਕੀਤੇ ਹਨ, ਨਾਲ ਹੀ ਸਰਕਾਰ ਵੱਲੋਂ ਸਾਜ਼ਿਸ਼ਾਂ ਘੜਨ ਦੇ ਇਲਜ਼ਾਮ ਲਗਾਏ ਹਨ। ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਪਾਲ ਸਿੰਘ ਦੇ ਭਰਾ ਨੇ ਕਿਹਾ ਕਿ ਮੈਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ। ਉਹਨਾਂ 'ਤੇ ਲੱਗੇ ਨਸ਼ੇ ਦੀ ਬਰਾਮਦਗੀ ਦੇ ਦੋਸ਼ ਬੇਬੁਨਿਆਦ ਹਨ। ਆਈਸ ਡਰੱਗ ਦੀ ਬਰਾਮਦਗੀ 'ਤੇ ਫੋਨ ਅਤੇ ਪੈਸੇ ਭੇਜਣ ਦੇ ਵੀ ਦੋਸ਼ ਝੂਠੇ ਹਨ। ਉਹਨਾਂ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਚੋਣ ਜਿੱਤਣ ਪਿੱਛੋਂ ਉਹਨਾਂ ਨੂੰ ਸਰਕਾਰ ਨਿਸ਼ਾਨਾ ਬਣਾ ਰਹੀ ਹੈ। ਮੈਨੂੰ ਅਤੇ ਮੇਰੇ ਪਰਿਵਾਰ ਨੂੰ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਸਿੱਖੀ ਲਈ ਆਵਾਜ਼ ਚੁੱਕੀ ਹੈ, ਜਿਸ ਕਾਰਨ ਸਰਕਾਰਾਂ ਵੱਲੋਂ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਸਾਥੀ 'ਤੇ ਲੱਗਣ ਵਾਲੇ ਇਲਜ਼ਾਮ ਵੀ ਬੇਬੁਨਿਆਦ ਹਨ। ਪੁਲਿਸ ਪਹਿਲਾਂ ਹੀ ਝੂਠੇ ਮਾਮਲੇ ਦਰਜ ਕਰਨ ਦੇ ਲਈ ਤਿਆਰ ਰਹਿੰਦੀ ਹੈ। ਫਿਲਹਾਲ ਉਹਨਾਂ ਦੇ ਮਾਮਲੇ ਦੀ ਅਗਲੀ ਸੁਣਵਾਈ 3 ਅਗਸਤ ਨੂੰ ਹੋਵੇਗੀ ਅਤੇ ਉਹ ਕੋਰਟ ਵਿੱਚ ਵੀ ਪੇਸ਼ ਹੋਣਗੇ। ਪੰਜਾਬ ਨੂੰ ਨਵਾਂ ਰਾਜਪਾਲ ਮਿਲ ਗਿਆ ਹੈ। ਗੁਲਾਬ ਚੰਦ ਕਟਾਰੀਆ ਹੁਣ ਪੰਜਾਬ ਦੇ ਨਵੇਂ ਰਾਜਪਾਲ ਹੋਣਗੇ। ਉਹਨਾਂ ਵੱਲੋਂ 31 ਜੁਲਾਈ ਯਾਨੀ ਅੱਜ ਆਪਣੇ ਅਹੁਦੇ ਦੀ ਸਹੁੰ ਚੁੱਕੀ ਜਾਵੇਗੀ। ਗੁਲਾਬ ਚੰਦ ਕਟਾਰੀਆ ਪੰਜਾਬ ਦੇ ਰਾਜਪਾਲ ਹੋਣ ਦੇ ਨਾਲ ਨਾਲ ਯੂਟੀ ਦੇ ਪ੍ਰਸ਼ਾਸਕ ਵੀ ਹੋਣਗੇ। ਉਹ ਬਨਵਾਰੀ ਲਾਲ ਪੁਰੋਹਿਤ ਦੀ ਥਾਂ ਲੈਣਗੇ। ਗੁਲਾਬ ਚੰਦ ਕਟਾਰੀਆ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਵੱਲੋਂ ਅੱਜ ਸਵੇਰੇ 10 ਵਜੇ ਸਹੁੰ ਚੁਕਾਈ ਜਾਵੇਗੀ। ਬੀਤੇ ਦਿਨੀ ਅਸਮਾਨ ਵਿੱਚ ਬੱਦਲ ਛਾਏ ਰਹੇ, ਜਦਕਿ ਜਲੰਧਰ, ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ, ਜਦਕਿ ਪੰਜਾਬ ਵਿੱਚ ਇਹ ਅੰਕੜਾ 7.6 mm ਰਿਹਾ ਹੈ। ਅਤੇ ਹੁਣ ਮੌਸਮ ਵਿਭਾਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ ਕੁਝ ਥਾਵਾਂ 'ਤੇ ਭਾਰੀ ਮੀਂਹ ਦੇ ਆਸਾਰ ਹਨ ਅਤੇ ਅੱਜ ਅਤੇ ਕੱਲ੍ਹ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ। ਗੁਆਂਢੀ ਸੂਬੇ ਹਰਿਆਣਾ ਵਿੱਚ ਵੀ ਅੱਜ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਜੁਲਾਈ ਦੇ ਅੰਤ ਹੋਣ ਲਈ ਸਿਰਫ ਅੱਜ ਦਾ ਦਿਨ ਬਾਕੀ ਹੈ, ਇਸ ਤੋਂ ਬਾਅਦ ਅਗਸਤ ਦਾ ਮਹੀਨਾ ਸ਼ੁਰੂ ਹੋ ਜਾਵੇਗਾ।
ਇਸ ਤੋਂ ਬਾਅਦ ਕੱਲ੍ਹ ਨੂੰ ਅਗਸਤ ਦਾ ਮਹੀਨਾ ਸ਼ੁਰੂ ਹੋ ਜਾਵੇਗਾ। ਹਰ ਮਹੀਨੇ ਦੀ ਪਹਿਲੀ ਤਰੀਕ ਤੋਂ ਕਈ ਨਿਯਮ ਬਦਲ ਜਾਂਦੇ ਹਨ, ਜਿਸਦਾ ਸਿੱਧਾ ਅਸਰ ਸਾਡੀਆਂ ਅਤੇ ਤੁਹਾਡੀਆਂ ਜੇਬਾਂ 'ਤੇ ਪੈਂਦਾ ਹੈ। ਅਤੇ 1 ਅਗਸਤ 2024 ਤੋਂ ਕਈ ਨਿਯਮ ਬਦਲ ਰਹੇ ਹਨ। LPG ਸਿਲੰਡਰ ਦੀਆਂ ਕੀਮਤਾਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਅਪਡੇਟ ਕੀਤੀਆਂ ਜਾਂਦੀਆਂ ਹਨ। ਬਦਲਾਅ 1 ਅਗਸਤ 2024 ਨੂੰ ਸਵੇਰੇ 6 ਵਜੇ ਦੇਖੇ ਜਾ ਸਕਦੇ ਹਨ। ਪਿਛਲੇ ਮਹੀਨੇ ਸਰਕਾਰ ਨੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਘਟਾਈਆਂ ਸਨ। ਮੰਨਿਆ ਜਾ ਰਿਹਾ ਹੈ ਕਿ ਅਗਸਤ ਮਹੀਨੇ ਵਿੱਚ ਵੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਮੀ ਆਵੇਗੀ। ਇਸ ਦੇ ਨਾਲ ਹੀ ਜੇਕਰ ਤੁਸੀਂ HDFC ਬੈਂਕ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਦੇ ਹੋ ਤਾਂ ਤੁਹਾਨੂੰ ਲੈਣ ਦੇਣ ਦੀ ਫੀਸ ਅਦਾ ਕਰਨੀ ਪਵੇਗੀ। ਜੇਕਰ ਤੁਸੀਂ ਇਹ ਭੁਗਤਾਨ ਥਰਡ ਪਾਰਟੀ ਐਪ ਰਾਹੀਂ ਕਰਦੇ ਹੋ ਤਾਂ ਟ੍ਰਾਂਜੈਕਸ਼ਨ 'ਤੇ 1% ਟੈਕਸ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਕਿਰਾਏ ਦੇ ਖਰਚਿਆਂ 'ਤੇ ਫੀਸਾਂ ਵੱਧ ਸਕਦੀਆਂ ਹਨ। ਜੇਕਰ ਤੁਸੀਂ ਥਰਡ ਪਾਰਟੀ ਐਪ ਕ੍ਰੀਡ, ਪੇਟੀਐਮ, ਫ੍ਰੀਚਾਰਜ ਜਾਂ ਕਿਸੇ ਹੋਰ ਐਪ ਰਾਹੀਂ ਲੈਣ ਦੇਣ ਕਰਦੇ ਹੋ ਤਾਂ ਤੁਹਾਡੇ ਤੋਂ ਫੀਸ ਲਈ ਜਾਵੇਗੀ। 1 ਅਗਸਤ ਤੋਂ ਜੇਕਰ ਤੁਸੀਂ ਕ੍ਰੀਡ, ਪੇਟੀਐਮ, ਫ੍ਰੀਚਾਰਜ ਜਾਂ ਹੋਰ ਕਿਸੇ ਵੀ ਥਰਡ ਪਾਰਟੀ ਐਪ ਰਾਹੀਂ HDFC ਕ੍ਰੈਡਿਟ ਕਾਰਡ ਰਾਹੀਂ ਕਿਰਾਏ ਦਾ ਭੁਗਤਾਨ ਕਰਦੇ ਹੋ ਤਾਂ ਤੁਹਾਡੇ ਤੋਂ ਉਸ ਲੈਣ ਦੇਣ 'ਤੇ 1% ਦਾ ਚਾਰਜ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਬਿਜਲੀ, ਪਾਣੀ, ਗੈਸ ਆਦਿ ਦੇ ਬਿੱਲਾਂ ਦੇ ਭੁਗਤਾਨ 'ਤੇ ਵੀ ਨਵੇਂ ਨਿਯਮ ਲਾਗੂ ਹੋਣਗੇ। 50,000 ਤੋਂ ਘੱਟ ਦੇ ਲੈਣ ਦੇਣ ਲਈ ਕੋਈ ਵਾਧੂ ਚਾਰਜ ਨਹੀਂ ਹੋਵੇਗਾ, ਪਰ 50,000 ਰੁਪਏ ਤੋਂ ਵੱਧ ਲੈਣ ਦੇਣ 'ਤੇ ਪ੍ਰਤੀ ਲੈਣ ਦੇਣ 3,000 ਰੁਪਏ ਤੱਕ ਸੀਮਿਤ ਪੂਰੀ ਰਕਮ 'ਤੇ 1% ਚਾਰਜ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅਗਸਤ ਵਿੱਚ ਕੁੱਲ 14 ਬੈਂਕਾਂ ਦੀਆਂ ਛੁੱਟੀਆਂ ਪੈ ਰਹੀਆਂ ਹਨ। ਅਜਿਹੇ 'ਚ ਜੇਕਰ ਤੁਹਾਡੇ ਕੋਲ ਬੈਂਕ ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਤੁਸੀਂ ਜਲਦੀ ਤੋਂ ਜਲਦੀ ਪੂਰਾ ਕਰ ਸਕਦੇ ਹੋ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿੱਚ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਸਰਦਾਰ ਬਲਵਿੰਦਰ ਸਿੰਘ ਭੁੰਦਰ ਦੀ ਪ੍ਰਧਾਨਗੀ ਹੇਠ ਹੋਈ, ਜਿਹਦੇ ਵਿੱਚ ਭੁੰਦਰ ਸਾਹਿਬ ਅਤੇ ਮੈਂ ਜ਼ਾਤੀ ਤੌਰ 'ਤੇ ਹਾਜ਼ਰ ਸੀ ਅਤੇ ਸਰਦਾਰ ਗੁਲਜ਼ਾਰ ਸਿੰਘ ਰਾਣੀ ਜਿਹਨੂੰ ਅਸੀਂ ਟੈਲੀਫੋਨ ਰਾਹੀਂ ਜ਼ਰੀਏ ਮੀਟਿੰਗ ਵਿੱਚ ਸ਼ਾਮਿਲ ਕੀਤਾ ਸੀ। ਮੀਟਿੰਗ ਵਿੱਚ ਦੀਰਘ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਜਿਹੜੇ ਕੁਛ ਲੋਕ ਖਰੇ ਆਮ ਪਾਰਟੀ ਦੀ ਵਿਰੋਧਤਾ ਕਰਦੇ ਹੋਏ ਆਪਣੇ ਆਪ ਨੂੰ ਪਾਰਟੀ ਦਾ ਮੈਂਬਰ ਪਾਉਂਦੇ ਨੇ, ਉਹਨਾਂ ਨੂੰ ਬਹੁਤ ਖੁੱਲ੍ਹ ਦਿੱਤੀ ਗਈ। ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੀਟਿੰਗ ਤੋਂ ਬਾਅਦ ਵੀ ਸਰ ਭੁੰਦਰ ਨੇ ਪ੍ਰੈਸ ਕਾਨਫਰੰਸ ਕਿਹਾ ਸੀ ਕਿ ਜਿਨ੍ਹਾਂ ਨੇ ਅੱਜ ਤੱਕ ਜੋ ਵੀ ਕਰ ਲਿਆ ਉਹ ਭੁਲਾ ਦਿੱਤਾ ਜਾਵੇਗਾ, ਪਰ ਜੇ ਅੱਜ ਤੋਂ ਬਾਅਦ ਕੋਈ ਵੀ ਉਹ ਕਾਰਵਾਈ ਅਨੁਸ਼ਾਸਨ ਨਾਲ ਹੀ ਕਰਨਗੇ ਤਾਂ ਉਹਨਾਂ 'ਤੇ ਸਟ੍ਰਿਕਟ ਐਕਸ਼ਨ ਲਿਆ। ਪਰ ਕੱਲ੍ਹ ਉਹਨਾਂ ਨੇ ਇੱਕ ਆਪਣੀ ਸੋ ਕਾਲਡ ਪ੍ਰੈਜ਼ੀਡੀਅਮ ਬਣਾ ਕੇ ਸਾਰੀਆਂ ਹੱਦਾਂ ਪਾਰ ਕਰ ਲਈਆਂ, ਜਿਸ ਦੀ ਗੰਭੀਰਤਾ ਨੂੰ ਵਿਚਾਰਦਿਆਂ ਹੋਇਆ ਕਮੇਟੀ ਨੇ ਮਹਿਸੂਸ ਕੀਤਾ ਕਿ ਇਹਨਾਂ ਨੂੰ ਇਸ ਹਾਲਤ ਵਿੱਚ ਜਦ ਉਹਨਾਂ ਨੇ ਆਪਣੇ ਆਪ ਨੂੰ ਇੱਕ ਪਾਰਟੀ ਬਣਾ ਲਿਆ, ਕੋਈ ਕਾਰਨ ਦੱਸੋ ਨੋਟਿਸ ਦੇਣ ਦੀ ਲੋੜ ਨਹੀਂ, ਕਿਉਂਕਿ ਅਖਬਾਰਾਂ ਵਿੱਚ ਛਾਇਆ ਹੋਈਆਂ ਖਬਰਾਂ ਤੋਂ ਬਾਅਦ ਇਹ ਸਫੀਸ਼ੈਂਟ ਸਬੂਤ ਸੀ ਕਿ ਉਹਨਾਂ ਨੇ ਪਾਰਟੀ ਦਾ ਡਿਸਿਪਲਿਨ ਸ਼ਰੇਆਮ ਭੰਗ ਕੀਤਾ ਅਤੇ ਉਸ ਨੂੰ ਮੁੱਖ ਰੱਖਦਿਆਂ ਹੋਇਆ ਜਿਹੜੇ ਇਹ ਸਾਰੀ ਗੇਮ ਦੇ ਆਰਕੀਟੈਕਟ ਸੀਗੇ 8 ਦੇ 8 ਲੀਡਰ, ਉਹਨਾਂ ਨੂੰ ਪਾਰਟੀ ਦਾ ਰਸਤਾ ਦਿਖਾਇਆ ਗਿਆ, ਜਿਹਨਾਂ ਵਿੱਚ ਮੁੱਖ ਤੌਰ 'ਤੇ ਪਰਮਿੰਦਰ ਸਿੰਘ ਢੀਂਡਸਾ, ਬੀਬੀ ਜਗੀਰ ਕੌਰ, ਮਲੂਕਾ ਸਾਹਿਬ, ਚੰਦੂ ਮਾਜਰਾ ਜੀ, ਭੋਲੇ ਰਾਠਾ, ਇੱਕੋ ਤੁਹਾਡਾ ਜਿਹੜਾ ਬਰਾੜ, ਅਤੇ ਇਸ ਤਰ੍ਹਾਂ ਕਰਕੇ ਜਿਹੜੇ ਹੈਗੇ ਆ ਇਹ ਸਾਰੇ ਇਹਨਾਂ ਨੂੰ ਵਡਾਲਾ, ਗੁਰਪ੍ਰਤਾਪ ਸਿੰਘ ਵਡਾਲਾ, ਇਹ ਸਾਰਿਆਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ। ਨਾਲ ਇਹ ਵੀ ਫੈਸਲਾ ਕੀਤਾ ਗਿਆ ਕਿ ਜਿਹੜੇ 7 ਹਲਕਿਆਂ ਦੀ ਇਹ ਹਲਕਾ ਇੰਚਾਰਜ ਦੇ ਤੌਰ 'ਤੇ ਨੁਮਾਇੰਦਗੀ ਕਰਦੇ ਸੀ ਉਹ ਵੀ ਤੁਰੰਤ ਤੌਰ 'ਤੇ ਉੱਥੋਂ ਹਟਾ ਦਿੱਤੇ ਗਏ ਨੇ ਅਤੇ ਨਵੇਂ ਹਲਕਾ ਇੰਚਾਰਜ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਇਹਨਾਂ ਹਲਕਿਆਂ ਦਾ ਦੌਰਾ ਕਰਕੇ ਵਧੀਆ ਨੌਜਵਾਨ ਅਕਾਲੀਆਂ ਨੂੰ ਉੱਥੇ ਸੇਵਾ ਦਾ ਮੌਕਾ ਦੇਣਗੇ। ਹੱਦ ਹੈ ਯਾਰ, ਕਹਾਂ ਜਾਏ ਫਿਰ ਹਮ, ਸੁਪਰੀਮ ਕੋਰਟ ਜਾਏ, ਕਹਾਂ ਜਾਏ, ਬਤਾ ਤੋ ਦੋ ਕੌਣ ਸੀ ਕੋਰਟ ਹੈ, ਕਹਾਂ ਜਾਏ।
ਕੌਣ ਸਾ ਵਕੀਲ ਕਰੇ ਬਤਾ ਤੋ ਦੋ, ਕਸੂਰ ਕਿਆ ਹੋ ਗਿਆ ਬਤਾ ਤੋ ਦੋ, ਕਿਆ ਕਸੂਰ ਹੋ ਗਿਆ, ਸਕੂਲ ਹੀ ਬਣਾ ਦੀਏ ਯਾਰ, ਕਿਆ ਕਸੂਰ ਹੋ ਗਿਆ ਯਾਰ, ਹਸਪਤਾਲ ਬਣਾ ਦੀਏ ਯਾਰ, ਕਿਆ ਕਸੂਰ ਹੋ ਗਿਆ ਯਾਰ, ਬਿਜਲੀ ਫ੍ਰੀ ਕਰਦੀ ਯਾਰ, ਕਿਆ ਕਸੂਰ ਕਿਆ ਹੋ ਗਿਆ ਯਾਰ, ਮਤਲਬ ਹੱਦ ਹੈ ਯਾਰ, ਕਸੂਰ ਕਿਆ ਹੋ ਗਿਆ ਬਤਾ ਤੋ ਦੋ, ਕਸੂਰ ਨਹੀਂ ਬਤਾ ਪਾ ਰਹੇ, CBI ਮੁਕਰ ਗਈ, ED ਮੁਕਰ ਗਈ, ਸੰਜੇ ਭਾਈ 6 ਮਹੀਨੇ ਜੇਲ ਮੇ ਰਹੇ, ਜਬ ਜਮਾਨਤ ਹੋਈ ED ਨੇ ਕਿਆ ਕਹਾ, ਸੋਰੀ ਜੀ ਹਮਾਰੇ ਪਾਸ ਕੋਈ ਸਬੂਤ ਨਹੀਂ ਹੈ, 6 ਮਹੀਨੇ ਇਸ ਬੰਦੇ ਕੇ ਰਾਜ ਸਭਾ ਮੇ ਹੋਤੇ, ਯੇ ਰਾਜ ਸਭਾ ਮੇ ਮਾਮਲੇ ਉਠਾਤਾ, ਕਿਉਂ ਬੰਦੇ ਕੋ ਅੰਦਰ ਕੀਆ ਬਈ, ਕੋਈ ਕਸੂਰ ਨਹੀਂ ਹੈ ਜੀ, ਆਜ ਕੱਲ ਫਿਰ ਤੋਰ, ਆਜ ਕੱਲ ਮੋਦੀ ਕੀ ਚਾਲ ਬਦਲੀ ਹੋਈ ਹੈ ਨਾ, ਕਮਜ਼ੋਰ ਹੈ ਨਾ, ਅਬ ਵਿਪਕਸ਼ ਹੈ ਨਾ, ਸਾਹਮਣੇ ਵਿਪਕਸ਼ ਹੈ ਨਾ, ਔਰ ਵਿਪਕਸ਼ ਬੋਲਤਾ ਹੈ ਨਾ, ਸਾਹਮਣੇ ਸੇ ਬੋਲਾ ਨਹੀਂ ਜਾਤਾ ਨਾ, ਤੋ ਇਸੀ ਲਈ ਅਬ ਭਾਸ਼ਣ ਆ ਰਹੇ, ਮੇਰਾ ਗਲਾ ਦਬਾਨੇ ਕੀ ਕੋਸ਼ਿਸ਼ ਕੀ ਜਾ ਰਹੀ ਹੈ, ਵੋ ਬੰਦਾ ਜੋ ਕਹਿ ਰਿਹਾ ਕਿ ਮੈਂ ਤੋ ਕਿਸੀ ਸੇ ਦਬੂੰਗਾ ਨਹੀਂ, ਮੈਂ ਫਕ, ਵੋ ਕਹਿ ਰਿਹਾ ਮੇਰਾ ਗਲਾ ਦਬਾਨੇ ਕੀ ਕੋਸ਼ਿਸ਼ ਕੀ ਜਾ ਰਹੀ ਹੈ, ਵਾਹ 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 ਵਾਹ, 15 ਲੱਖ ਕੀ ਰਕਮ ਲਿਖਤਾ ਹੂੰ ਤੋ ਸਿਆਹੀ ਸੁੱਖ ਜਾਤੀ ਹੈ, ਕਾਲੇ ਧਨ ਕੇ ਬਾਰੇ ਮੇ ਸੋਚਤਾ ਹੂੰ ਤੋ ਪੈਨਸਲ ਰੁਕ ਜਾਤੀ ਹੈ, ਹਰ ਬਾਤ ਹੀ ਜੁਮਲਾ ਨਿਕਲੀ, ਮੋਦੀ ਸਾਹਿਬ ਅਬ ਤੋ ਯੇ ਵੀ ਸ਼ੱਕ ਹੈ, ਕਿਆ ਚਾਏ ਬਣਾਨੀ ਆਤੀ ਹੈ, ਮੁਝੇ ਲਗਤਾ ਚਾਏ ਵੀ ਨਹੀਂ ਬਣਾਨੀ ਆਤੀ ਹੋਗੀ, ਯੇ ਵੀ ਝੂਠ ਹੀ ਹੈ, ਜੁਮਲਾ ਮੇਰੇ 3 MP ਖੜੇ ਪਿੱਛੇ ਬੈਠੇ, ਤੀਨੋ ਯੇ ਅਭੀ ਵਿਧਾਨ ਸਭਾ ਜੀਤ ਕੇ ਆਏ, ਕੰਗ ਸਾਹਿਬ ਆਏ ਹੈ, ਚੱਬੇਵਾਲ ਸੇ ਹੁਸ਼ਿਆਰਪੁਰ ਸੇ ਜੀਤ ਕੇ ਆਏ ਚੱਬੇਵਾਲ ਸਾਹਿਬ, ਯੇ ਅਨੰਦਪੁਰ ਸਾਹਿਬ ਸੇ, ਯੇ ਹਮਾਰੇ ਰਾਜ ਸਭਾ ਕੇ ਮੰਤਰ ਅਸ਼ੋਕ ਮਿੱਤਲ ਸਾਹਿਬ, ਮੀਤ ਹੇਅਰ ਸੰਗਰੂਰ ਸੇ ਜੀਤਾ ਜੀ, ਸੰਜੀਵ ਅਰੋੜਾ ਜੀ, ਯੇ ਐਸੇ ਲੋਕ ਹੈ ਜੋ ਆਮ ਘਰੋਂ ਸੇ ਨਿਕਲੇ ਔਰ ਉਸ ਹਾਊਸ ਮੇ ਬੋਲਤੇ ਹੈ ਜਹਾਂ ਜਬ ਯੇ ਬੋਲਤੇ ਹੈ ਮੋਦੀ ਕੋ ਪਸੀਨਾ ਆ ਜਾਤਾ, ਯੇ ਬਾਤ ਹੈ, ਯੇ ਫਰਕ ਹੈ, ਜਿਹੜਾ ਵੀ ਬੰਦਾ ਕਿਤੇ ਨਾ ਕਿਤੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ, ਉਹ 2015 ਤੋਂ ਲੈ ਕੇ ਅੱਜ ਤੱਕ ਇੱਕੋ ਚੀਜ਼ ਚਾਹੁੰਦਾ ਹੈ ਕਿ ਜਿਹਨੇ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ, ਜਿਹਨੇ ਸਾਡੇ ਪਿਓ ਦੀ ਪੱਗ ਲਾਹੀ ਹੈ, ਉਹਦੇ ਚਿਹਰੇ ਲੋਕਾਂ ਦੇ ਵਿੱਚ ਨੰਗੇ ਹੋਣੇ ਚਾਹੀਦੇ ਨੇ, ਔਰ ਜਿਹੜੀ ਦਿਲ ਦੀ ਭਾਵਨਾ ਹੈ ਉਹ ਹੈ ਕਿ ਲੋਕਾਂ ਨੂੰ ਤਾਂ ਚੁਰਾਹੇ 'ਚ ਖੜ ਕੇ ਫਾਂਸੀ ਲਾਉਣੀ ਚਾਹੀਦੀ, ਔਰ ਇੱਕ ਸ਼ਖਸ ਜਿਹੜਾ ਕਿ ਇਸ ਚੀਜ਼ ਦਾ ਦੋਸ਼ੀ ਹੈ ਪ੍ਰਦੀਪ ਕਲੇਰ, ਉਹ ਸ਼ਰੇਆਮ ਡੰਕੇ ਦੀ ਚੋਟ 'ਤੇ ਪੱਟਾਂ 'ਤੇ ਹੱਥ ਮਾਰ ਕੇ ਚੈਨਲਾਂ 'ਤੇ ਬਹਿ ਕੇ ਇੰਟਰਵਿਊ ਦਿੰਦਾ, ਔਰ ਗੱਲਾਂ ਕੀ ਕਰਦਾ ਦੂਜਿਆਂ 'ਤੇ ਲਾਂਛਣਬਾਜ਼ੀ ਦੀਆਂ ਕਿ ਫਲਾਣਾ ਕਦੋਂ ਕਿੱਥੇ ਕਿਹਨੂੰ ਮਿਲਿਆ, ਹਾਲਾਂਕਿ ਉਹਦੀ ਕਿਸੇ ਗੱਲ ਦੇ ਵਿੱਚ ਕੋਈ ਸੱਚਾਈ ਨਹੀਂ, ਕੋਰਾ ਝੂਠ ਹੈ। ਪਰ ਇਹ ਇੱਕ ਵੱਡਾ ਸਵਾਲ ਹੈ ਕਿ ਕੀ ਗੁਰੂ ਸਾਹਿਬ ਵੱਡੇ ਨੇ, ਕੀ ਗੁਰੂ ਸਾਹਿਬ ਦੀ ਬੇਅਦਬੀ ਇੱਕ ਸਭ ਤੋਂ ਵੱਡਾ ਘਿਨਾਉਣਾ ਕੰਮ ਹੈ ਕਿ ਇੱਕ ਤੁਸੀਂ ਕਿਸੇ ਮੀਟਿੰਗਾਂ ਦਾ ਜ਼ਿਕਰ ਕਰਕੇ ਸਿਰਫ TRP ਲੈਣੀ ਹੈ, ਜੋ ਸਰਕਾਰ ਨੇ ਸਕ੍ਰਿਪਟ ਲਿਖ ਕੇ ਦਿੱਤੀ ਉਹਦੇ ਆਲੇ ਦੁਆਲੇ ਘੁੰਮਣਾ। 2018 'ਚ ਨੋਮੀਨੇਟ ਹੋਵੇ, 5 ਸਾਲ PO ਡਿਕਲੇਅਰ ਹੋਵੇ ਅਤੇ 2 ਮਹੀਨਿਆਂ 'ਚ ਸਰਕਾਰ ਦੀ ਮਦਦ ਨਾਲ ਬੇਲ ਲੈ ਕੇ ਬਾਹਰ ਆ ਜਾਵੇ, ਇਹ ਗੱਲ ਕਿਸੇ ਨੂੰ ਹਜ਼ਮ ਹੁੰਦੀ ਹੈ? ਔਰ ਸਰਕਾਰਾਂ ਇਸ ਗੱਲ 'ਤੇ ਬਣਨ ਕਿ ਜੀ ਬੇਅਦਬੀ ਦੇ ਦੋਸ਼ੀ ਨੂੰ ਅਸੀਂ ਸਜ਼ਾ ਦੇਵਾਂਗੇ, ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਚੱਕ ਕੇ ਸਮੁੱਚੀ ਕਾਂਗਰਸ ਨੇ ਕਹਿਤਾ, ਉਹ ਤੋਂ ਬਾਅਦ ਭਗਵੰਤ ਮਾਨ ਸਾਹਿਬ, ਅਰਵਿੰਦ ਕੇਜਰੀਵਾਲ ਨੇ ਇਹ ਗੱਲ ਕਹਿਤੀ
ਤੇ ਫਿਰ ਉਹ ਸਰਕਾਰਾਂ ਦੇ ਦਾਅਵੇ ਅੱਜ ਕਿੱਥੇ ਖੜੇ ਨੇ? ਜੇ ਬੇਅਦਬੀ ਦੇ ਦੋਸ਼ੀ ਸ਼ਰੇਆਮ ਪ੍ਰੈਸ ਕਾਨਫਰੰਸਾਂ ਕਰਨਗੇ, ਜੇ ਬੇਅਦਬੀ ਦੇ ਦੋਸ਼ੀ ਸ਼ਰੇਆਮ ਲੋਕਾਂ ਦੇ ਉੱਤੇ ਝੂਠੇ ਇਲਜ਼ਾਮ ਲਾਉਣਗੇ, ਤਾਂ ਫਿਰ ਕਿੱਥੇ ਹੈ ਕਾਨੂੰਨ ਦਾ ਸਿਸਟਮ, ਕਿੱਥੇ ਹੈ ਲਾਅ? ਅਤੇ ਮੈਨੂੰ ਇਹ ਲੱਗਦਾ ਕਿ ਅੱਜ ਮੀਡੀਆ ਨੂੰ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਉਣ ਦੀ ਲੋੜ ਹੈ, ਕਿਉਂਕਿ ਅੱਜ ਇਹ ਸਮਾਜਿਕ ਤਾਣੇ ਬਾਣੇ ਦੇ ਉੱਤੇ ਹਮਲਾ ਕੀਤਾ ਜਾ ਰਿਹਾ, ਕਿਉਂਕਿ ਗੁਰੂ ਸਾਹਿਬ ਦੀ ਬੇਅਦਬੀ ਨੂੰ ਸਿਆਸੀ ਪੌੜੀ ਦੇ ਤੌਰ 'ਤੇ ਵੀ ਵਰਤਿਆ, ਅਤੇ ਅੱਜ ਗੁਰੂ ਸਾਹਿਬ ਦੀ ਬੇਅਦਬੀ ਨੂੰ ਇੱਕ ਬੇਸ ਬਣਾ ਕੇ ਸਿਆਸੀ ਖੇਡਾਂ ਇਹ ਖੇਡੀਆਂ ਜਾ ਰਹੀਆਂ ਨੇ। ਔਰ ਕੌਣ ਹੈ ਇਸ ਗੱਲ ਦਾ ਜਵਾਬਦੇਹੀ? ਪ੍ਰਦੀਪ ਕਲੇਰ ਨੂੰ ਜੇ ਕੋਈ ਸਵਾਲ ਕਰਨਾ ਚਾਹੀਦਾ ਤਾਂ ਉਹ ਬੇਅਦਬੀ ਦਾ ਦੋਸ਼ੀ ਹੈ, ਉਹਦਾ 164 ਦਾ ਬਿਆਨ ਹੈ। ਪ੍ਰਦੀਪ ਕਲੇਰ ਅੱਜ ਆ ਕੇ ਲੋਕਾਂ ਨੂੰ ਇਹ ਗੱਲ ਦੱਸੇ ਕਿ ਗੁਰੂ ਸਾਹਿਬ ਦੇ ਸਰੂਪ ਕਿਵੇਂ ਚੋਰੀ ਹੋਏ, ਕਿੱਥੇ ਰੱਖੇ ਗਏ, ਕਿਵੇਂ ਖੰਡਾਏ ਗਏ, ਇਹ ਸਾਰੇ ਕਾਸੇ ਦਾ ਦੋਸ਼ੀ ਹੈ ਅਤੇ ਇਹ ਤੋਂ ਵੱਡਾ ਦੋਸ਼ ਕੋਈ ਨਹੀਂ। ਸੋ ਮੇਰੀ ਤਾਂ ਅੱਜ ਹੱਥ ਬੰਨ ਕੇ ਬੇਨਤੀ ਹੈ ਕਿ ਐਸੇ ਜਿਹੜੇ ਲੋਕ ਨੇ, ਐਸੇ ਲੋਕਾਂ ਨੂੰ ਸਵਾਲ ਵੀ ਹੋਣੇ ਚਾਹੀਦੇ ਨੇ ਅਤੇ ਇਹਨਾਂ ਨੂੰ ਸਜ਼ਾ ਵੀ ਮਿਲਣੀ ਚਾਹੀਦੀ ਹੈ, ਔਰ ਸਰਕਾਰਾਂ ਦੀ ਮਿਲੀ ਭੁਗਤ ਨਾਲ। ਕਿਉਂਕਿ ਮਿਲੀ ਭੁਗਤ ਕਿਉਂ ਕਹਿੰਦੇ ਆ, ਇਹ ਬੰਦਾ 5 ਸਾਲ ਤੱਕ ਕਿਸੇ ਵੀ ਕਾਨੂੰਨ ਦੇ ਸ਼ਿਕੰਜੇ 'ਚੋਂ ਬਾਹਰ ਰਿਹਾ। 5 ਸਾਲ ਬਾਅਦ ਇਹਦੀ ਅਯੋਧਿਆ 'ਚ BJP ਦੇ ਕੁਛ ਲੀਡਰਾਂ ਨਾਲ ਫੋਟੋਆਂ ਆ ਗਈਆਂ ਔਰ ਉਹਨਾਂ ਨੇ ਆਪਣੇ ਫੇਸਬੁੱਕ 'ਤੇ ਅਪਲੋਡ ਕੀਤੀਆਂ। ਉਸ ਗੱਲ ਦੀ ਕੌਂਟਰੋਵਰਸੀ ਹੋਈ ਕਿ ਇਹ ਉਹੀ ਪ੍ਰਦੀਪ ਕਲੇਰ ਹੈ ਜਿਹੜਾ ਬੇਅਦਬੀ ਦੇ ਦੋਸ਼ੀਆਂ ਦਾ ਦੋਸ਼ ਦਾ ਮੁੱਖ ਦੋਸ਼ੀ ਹੈ। ਉਸ ਤੋਂ ਬਾਅਦ ਉਹ BJP ਦੇ ਲੀਡਰ ਨੇ ਆਪਣੇ ਅਕਾਊਂਟ ਤੋਂ ਫੋਟੋਆਂ ਵੀ ਡਿਲੀਟ ਕੀਤੀਆਂ ਅਤੇ ਫਿਰ ਇਹ ਆ ਕੇ ਗੁਰੂਗ੍ਰਾਮ ਤੋਂ ਇਹਦੀ ਅਰੈਸਟ ਦਿਖਾਈ ਜਾਂਦੀ ਹੈ। ਸੋ ਇਹ ਸਾਰਾ ਤਾਣਾ ਬਾਣਾ ਸਰਕਾਰਾਂ ਦੀ ਮਦਦ ਨਾਲ ਬੁਣਿਆ ਗਿਆ, ਸਰਕਾਰਾਂ ਦੀ ਪੁਸ਼ਤ ਪਨਾਹੀ ਨਾਲ ਹੋਇਆ, ਔਰ ਅੱਜ ਪ੍ਰਦੀਪ ਕਲੇਰ ਇੱਕ ਸਭ ਤੋਂ ਵੱਡਾ ਜਵਾਬ ਮੀਡੀਆ 'ਚ ਆ ਕੇ ਦੇਵੇ। ਕਿਉਂਕਿ ਇਹ ਮੰਨਣ ਯੋਗ ਨਹੀਂ ਕਿ ਹਰ ਇੱਕ ਚੈਨਲ ਦੇ ਉੱਤੇ ਆ ਰਿਹਾ, ਹਰ ਇੱਕ ਸੋਸ਼ਲ ਮੀਡੀਆ ਪਲੈਟਫਾਰਮ 'ਤੇ ਹੈ ਕਿ ਜੀ ਮੁੱਖ ਦੋਸ਼ੀ ਹੈ ਪ੍ਰਦੀਪ ਕਲੇਰ, ਅਤੇ ਉਹਨੂੰ ਪਤਾ ਹੀ ਨਾ ਹੋਵੇ। ਅੱਜ ਦੱਸੇ ਤਾਂ ਇਹ ਗੱਲ ਕਿ ਕਿਹੜੇ ਉਹ ਸਰਕਾਰ ਦੇ ਵਿੱਚ ਲੋਕ ਸੀ 2018 ਤੋਂ ਲੈ ਕੇ 24 ਤੱਕ, ਕਿਹੜੇ ਉਹ ਲੀਡਰ ਸੀ, ਕਿਹੜੇ ਅਫਸਰ ਸੀ ਜਿਹੜੇ ਇਹਨੂੰ ਅੱਜ ਤੱਕ ਬਚਾ ਕੇ ਜਿਨ੍ਹਾਂ ਨੇ ਰੱਖਿਆ। ਅਸਲ ਸਵਾਲ ਜੇ ਪ੍ਰਦੀਪ ਕਲੇਰ ਨੂੰ ਕੋਈ ਪੁੱਛਣ ਵਾਲਾ ਤਾਂ ਇਹ ਹੈ, ਔਰ ਇਹ ਲੋਕ ਕਿਸੇ ਵੀ ਕਿਸਮ ਦੇ ਨਾਲ ਬਖਸ਼ੇ ਨਹੀਂ ਜਾਣੇ ਚਾਹੀਦੇ। ਮੁੱਖ ਮੰਤਰੀ ਭਗਵੰਤ ਮਾਨ ਨੂੰ ਕੋਈ ਹੱਕ ਨਹੀਂ ਕਿ ਜਿਹੜਾ ਸਿੱਖਾਂ ਦਾ ਦੋਸ਼ੀ ਹੈ, ਜਿਹੜਾ ਨਾਨਕ ਨਾਮ ਲੇਵਾ ਦਾ ਦੋਸ਼ੀ ਹੈ, ਉਹਨੂੰ ਮਾਫ਼ ਕਰਨ ਵਾਲਾ ਸਰਕਾਰ ਨਹੀਂ, ਉਹਨੂੰ ਮਾਫ਼ ਕਰਨ ਵਾਲੇ ਮੁੱਖ ਮੰਤਰੀ ਨਹੀਂ, ਉਹ ਸੰਗਤ ਦਾ ਦੋਸ਼ੀ ਹੈ ਅਤੇ ਉਹਦੀ ਸਜ਼ਾ ਵੀ ਸੰਗਤ ਤੈਅ ਕਰੂਗੀ। ਇਸ ਤਰੀਕੇ ਦੇ ਨਾਲ ਸਰਕਾਰਾਂ ਨਾਲ ਹੱਥ ਮਿਲਾ ਕੇ ਇਹੋ ਜਿਹੇ ਦੋਸ਼ੀ ਬਚਣੇ ਨਹੀਂ ਚਾਹੀਦੇ। ਮੀਡੀਆ ਵੀ ਇਸ ਗੱਲ 'ਤੇ ਪਹਿਰੇਦਾਰੀ ਕਰੇ।